ਸਤਿ ਸ਼੍ਰੀ ਅਕਾਲ ਜੀ ਤੁਸੀਂ ਪ੍ਰਾਈਮ ਮੀਸ਼ਾ ਟੈਲੀਵਿਜ਼ਨ ਦੇਖ ਰਹੇ ਹੋ ਮੈਂ ਹਾਂ ਸਵਰਨ ਸਿੰਘ ਟੈਣਾ ਤੇ ਦੋਸਤੋ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ ਪਹਿਲੀ ਵੱਡੀ ਖਬਰ ਦੇ ਵਾਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਪੰਜਾਬ ਦੇ ਵਿੱਚ ਅੱਜ ਮੌਸਮ ਸਥਿਰ ਰਿਹਾ ਯਾਨੀ ਕਿ ਦਿਨ ਦੇ ਵੇਲੇ ਸੋਹਣੀ ਧੁੱਪ ਸੀ ਮਠੀ ਮਠੀ ਸੇਕੜ ਨੂੰ ਚੰਗੀ ਲੱਗੀ ਆ ਤੇ ਰਾਤ ਦੇ ਵੇਲੇ ਪਾਰਾ ਲਗਾਤਾਰ ਲੁੜਕੀ ਜਾਂਦਾ ਜੇਕਰ ਅਸੀਂ ਪਿਛਲੇ 3 ਦਿਨਾਂ ਦੀ ਗੱਲ ਕਰੀਏ ਤਾਂ ਜਦੋਂ ਤੋਂ ਮੀਂਹ ਪਿਆ ਪੰਜਾਬ ਦੇ ਵਿੱਚ ਰਾਤ ਦਾ ਪਾਰਾ ਜਿਹੜਾ ਉਹ ਲਗਾਤਾਰ ਲੁੜਕਦਾ ਜਾ ਰਿਹਾ ਤੇ 4 ਡਿਗਰੀ ਤੱਕ ਹੋਰ ਥੱਲੇ ਪਾਰਾ ਆ ਗਿਆ ਤੇ ਮੌਸਮ ਵਿਭਾਗ ਨੇ ਇਹ ਗੱਲ ਕਹੀ ਆ ਕਿ ਆਉਂਦੇ 72 ਘੰਟਿਆਂ ਦੇ ਵਿੱਚ ਪੰਜਾਬ ਦਾ ਮੌਸਮ ਸਥਿਰ ਰਹਿਣਾ ਜਣ ਕਿ ਬੱਦਲਵਾਈ ਦੀ ਜਾਂ ਮੀਂਹ ਕਣੀ ਦੀ ਸੰਭਾਵਨਾ ਕੋਈ ਨਹੀਂ ਗਈ ਪਰ ਇਹ ਗੱਲ ਜ਼ਰੂਰ ਆ ਕਿ ਪੰਜਾਬ ਦੇ ਵਿੱਚ ਰਾਤਾਂ ਹੋਰ ਠੰਡੀਆਂ ਹੋਣੀਆਂ ਤੇ ਪਿੰਡੂ ਤੇ ਖੁੱਲੇ ਖੇਤਾਂ ਦੇ ਵੱਲ ਤੁੰਦ ਸੰਗਣੀ ਹੋਣ ਦੀ ਇਹ ਭਵਿੱਖਬਾਣੀ ਕੀਤੀ ਗਈ ਹੈ ਤੇ ਇਹ ਵੀ ਗੱਲ ਕਹੀ ਗਈ ਹੈ ਕਿ ਪੰਜਾਬ ਦੇ ਵਿੱਚ ਕੋਰਾ ਹੁਣ ਪੈਣਾ ਸ਼ੁਰੂ ਹੋ ਵੀ ਚੁੱਕਾ ਤੇ ਹਾਲੇ ਹੋਰ ਪੈਣਾ ਅਗਲੀ ਖਬਰ ਦੇ ਵਾਲੇ ਜ਼ਿਕਰ ਜਾਣੇ ਆ ਤਾਂ ਉਹ ਹੈ ਪੰਜਾਬ ਦੇ ਵਿੱਚ ਸਿਹਤ ਵਿਭਾਗ ਦੇ ਕਰਤੂਤ ਦੇ ਨਾਲ ਸੰਬੰਧਿਤ ਇਹਦੇ ਬਾਬਤ ਅਸੀਂ ਪਹਿਲਾਂ ਵੀ ਬੜੀਆਂ ਖਬਰਾਂ ਸਾਂਝੀਆਂ ਕੀਤੀਆਂ ਪਿਛਲੇ ਦਿਨੀ ਮੋਗਾ ਜ਼ਿਲ੍ਹੇ ਦੇ ਪਿੰਡ ਬੁੱਧ ਸਿੰਘ ਵਾਲਾ ਦੀ ਖਬਰ ਆਈ ਸੀ ਇੱਕ ਔਰਤਾ ਜਿਹੜੀ ਉਹਨੇ ਇੱਕ ਬੱਚੀ ਨੂੰ ਜਨਮ ਦਿੱਤਾ ਵੱਡੇ ਆਪਰੇਸ਼ਨ ਦੇ ਨਾਲ ਉਹ ਬੱਚੀ ਹੋਈ ਤਾਂ ਜਦੋਂ ਵੱਡਾ ਆਪਰੇਸ਼ਨ ਕੀਤਾ ਗਿਆ ਤਾਂ ਡਾਕਟਰਾਂ ਦੇ ਵੱਲੋਂ ਉਹਦੇ ਢਿੱਡ ਦੇ ਵਿੱਚ ਕੈਂਚੀ ਛੱਡ ਦਿੱਤੀ ਗਈ। ਉਹ ਔਰਤ ਆ ਜਿਹੜੀ 2-3 ਦਿਨ ਦਰਦ ਦੇ ਨਾਲ ਕੁਰਲਾਉਂਦੀ ਰਹੀ ਬਾਅਦ ਦੇ ਵਿੱਚ ਉਹਦੀ ਮੌਤ ਹੋ ਗਈ। ਉਹਦਾ ਸਸਕਾਰ ਕਰਤਾ ਜਦੋਂ ਘਰ ਦੇ ਪਰਿਵਾਰਕ ਮੈਂਬਰ ਫੁੱਲ ਝੁਗਣ ਗਏ ਤਾਂ ਫੁੱਲਾਂ ਦੇ ਵਿੱਚੋਂ ਕੈਂਚੀ ਲੱਭੀ ਤੇ ਉਸ ਤੋਂ ਬਾਅਦ ਡਾਕਟਰਾਂ ਨੇ ਅੱਜ ਤੱਕ ਪੈਰਾਂ ਦੇ ਉੱਤੇ ਪਾਣੀ ਨਹੀਂ ਪਾਣ ਦਿੱਤਾ ਕਿ ਇਹ ਕੈਂਚੀ ਸਾਡੇ ਹਸਪਤਾਲ ਦੀ ਹੈ। ਇਹ ਸਾਡੀ ਅੰਗਲੀ ਆ ਉਹ ਮੰਨੇ ਨਹੀਂ। ਉਹਨਾਂ ਨੇ ਲਗਾਤਾਰ ਇਸੇ ਗੱਲ ਦੇ ਉੱਤੇ ਜ਼ੋਰ ਦਿੱਤਾ ਡਾਕਟਰਾਂ ਨੇ ਕਿ ਜੀ ਇਹ ਸਾਡੇ ਸਟਾਕ ਦੇ ਨਾਲ ਨਹੀਂ ਮਿਲਦੀ। ਯਾਨੀ ਕਿ ਉਹ ਕਹਿੰਦੇ ਜਾਂ ਤਾਂ ਤੁਸੀਂ ਕੈਂਚੀ ਆਪ ਵਿੱਚ ਪਾਤੀ ਹੈ ਤੇ ਜਾਂ ਕੋਈ ਸ਼ਰਾਰਤੀ ਅਨਸਰੇ ਨਾ ਫੁੱਲਾਂ ਦੇ ਵਿੱਚ ਸੁੱਟ ਗਿਆ ਸ਼ਮਸ਼ਾਨ ਘਾਟ ਦੇ ਵਿੱਚ ਸਾਡੀ ਤਾਂ ਪਾਈ ਹੈ ਕੈਂਚੀ ਹੈ ਨਹੀਂ ਤੇ ਮੋਗਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੇ ਵੱਲੋਂ ਇਸ ਮਾਮਲੇ ਦੇ ਉੱਤੇ ਕਮੇਟੀ ਦਾ ਗਠਨ ਕੀਤਾ ਗਿਆ ਜਿਨੇ ਕਿ ਆਉਂਦੇ ਦਿਨਾਂ ਦੇ ਵਿੱਚ ਆਪਣੀ ਰਿਪੋਰਟ ਹੈ ਜਿਹੜੀ ਉਹ ਪੇਸ਼ ਕਰਨੀ ਹੈ ਕਿ ਸੱਚ ਕੀ ਹੈ ਤੇ ਝੂਠ ਕੀ ਹੈ ਪਰ ਅੱਜ ਇੱਕ ਹੋਰ ਕਰਤੂਤ ਸਾਹਮਣੇ ਆ ਗਈ ਹੈ ਅੰਮ੍ਰਿਤਸਰ ਦੇ ਵੱਲ ਇੱਕ ਸਰਕਾਰੀ ਹਸਪਤਾਲ ਦੇ ਵੱਲ ਇੱਕ ਔਰਤਾ ਜਿਹੜੀ ਉਹਨੇ ਅਲਟਰਾਸਾਉਂਡ ਕਰਵਾਇਆ ਉਹਦੇ ਪੇਟ ਦੇ ਵਿੱਚ ਬੜਾ ਦਰਦ ਹੁੰਦਾ ਸੀ ਪਿਛਲੇ ਦਿਨੀ ਉਹਦਾ ਆਪਰੇਸ਼ਨ ਹੋਇਆ ਉਹਦਾ ਆਪਰੇਸ਼ਨ ਜਦੋਂ ਹੋਇਆ ਤਾਂ ਡਾਕਟਰ ਉਹਦੇ ਢਿੱਡ ਦੇ ਵਿੱਚ ਪੱਟੀਆਂ ਛੱਡ ਕੇ ਭੁੱਲ ਗਏ। ਜਦੋਂ ਉਹਦੇ ਢਿੱਡ ਦੇ ਵਿੱਚ ਲਗਾਤਾਰ ਦਰਦ ਹੁੰਦਾ ਰਿਹਾ ਤਾਂ ਉਹਨੇ ਅਲਟਰਾਸਾਊਂਡ ਕਰਵਾਇਆ। ਅਲਟਰਾਸਾਉਂਡ ਦੇ ਵਿੱਚ ਆਇਆ ਜੀ ਕਿ ਪੇਟ ਦੇ ਵਿੱਚ ਪੱਟੀਆਂ ਨੁਮਾ ਕੋਈ ਚੀਜ਼ ਪਈ ਹੈ ਤੇ ਹੁਣ ਡਾਕਟਰ ਪੈਰਾਂ ਦੇ ਉੱਤੇ ਪਾਣੀ ਨਹੀਂ ਪੈਣ ਦਿੰਦੇ ਉਹ ਕਹਿੰਦੇ ਜੀ ਅਸੀਂ ਤਾਂ ਪੱਟੀਆਂ ਛੱਡੀਆਂ ਹੀ ਨਹੀਂ ਯਾਨੀ ਕਿ ਉਹਨਾਂ ਨੇ ਕਿਹਾ ਜੀ ਕਿ ਔਰਤ ਪੱਟੀਆਂ ਨਿਕਲ ਗਈ ਹੋਣੀ ਹੈ ਇਹਦਾ ਮਤਲਬ ਇਹ ਆ ਤੇ ਜੇਕਰ ਡਾਕਟਰ ਪੈਰਾਂ ਦੇ ਉੱਤੇ ਪਾਣੀ ਨਹੀਂ ਪੈਣ ਦਿੰਦੇ ਤਾਂ ਫਿਰ ਪੱਟੀਆਂ ਢਿੱਡ ਦੇ ਵਿੱਚ ਆਈਆਂ ਕਿਵੇਂ ਸਵਾਲ ਇਹ ਵੀ ਆ ਤੇ ਹਾਲੇ ਸਾਡੇ ਪੰਜਾਬ ਦੇ ਵਿੱਚ ਸਿਹਤ ਵਿਭਾਗ ਬਹੁਤ ਸੋਹਣਾ ਕੰਮ ਕਰ ਰਿਹਾ ਸਰਕਾਰੀ ਤੌਰ ਦੇ ਉੱਤੇ ਕਮਾਲ ਇਲਾਜ ਹੁੰਦਾ ਤੇ ਇੱਥੇ ਸਾਰੀਆਂ ਸਹੂਲਤਾਂ ਪੂਰੀਆਂ ਤੇ ਇਹ ਸਾਡੇ ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਵੱਲੋਂ ਹਰ ਰੋਜ਼ ਗੱਲ ਕਹੀ ਜਾਂਦੀ ਹੈ ਪਰ ਮਰਨ ਵਾਲਿਆਂ ਦੀ ਗਿਣਤੀ ਵੀ ਦੱਸ ਦੇ ਜਿਸ ਤਰੀਕੇ ਨਾਲ ਬਠਿੰਡੇ ਦੇ ਇੱਕ ਹਸਪਤਾਲ ਦੇ ਵਿੱਚ ਏਡਜ਼ ਪੀੜਤ ਵਿਅਕਤੀ ਦਾ ਖੂਨ ਜਿਹੜਾ ਕਈ ਲੋਕਾਂ ਨੂੰ ਛੜਾ ਦਿੱਤਾ ਗਿਆ ਆ ਹੁਣ ਇੱਕ ਨਵੀਂ ਖਬਰ ਆਈ ਹੈ ਇੱਕ ਬੱਚੇ ਨੂੰ ਛੜਾ ਦਿੱਤਾ ਗਿਆ ਕਈ ਲੋਕਾਂ ਨੂੰ ਉਸ ਖੂਨ ਦੇ ਕਰਕੇ ਏਡਜ਼ ਪੀੜਤ ਕਰ ਦਿੱਤਾ ਗਿਆ ਇਹ ਵੀ ਸਰਕਾਰੀ ਮਹਿਕਮੇ ਦੀ ਸਰਕਾਰੀ ਹਸਪਤਾਲ ਦੀ ਇੱਕ ਕਰਤੂਤ ਹੈ ਯਾਨੀ ਕਿ ਇਹ ਆ ਕਿ ਜਿਹੜੇ ਗਰੀਬ ਲੋਕ ਆ ਜਿਹੜੇ ਦਰਮਿਆਨੀ ਲੋਕ ਆ ਉਹ ਸਰਕਾਰੀ ਹਸਪਤਾਲਾਂ ਦੇ ਵਿੱਚ ਕੀ ਲੈਣ ਜਾਣ ਉਹਨਾਂ ਨੂੰ ਜਦੋਂ ਆਸੀ ਕੋਈ ਨਹੀਂ ਜੇਕਰ ਡਾਕਟਰ ਆ ਤਾਂ ਨਰਸ ਹੈ ਨਹੀਂ ਨਰਸ ਤਾਂ ਦਵਾਈ ਹੈ ਨਹੀਂ ਦਵਾਈ ਹੈ ਤਾਂ ਸਫਾਈ ਹੈ ਨਹੀਂ ਉੱਥੇ ਕੁਝ ਵੀ ਨਹੀਂ ਮਿਲਦਾ ਇਹਦੇ ਕਰਕੇ ਲੋਕ ਨਿੱਜੀ ਹਸਪਤਾਲਾਂ ਦੇ ਵਿੱਚ ਆਪਣੀਆਂ ਜੇਬਾਂ ਕਟਵਾਉਣ ਦੇ ਲਈ ਮਜਬੂਰ ਆ ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਹੈਗੀ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਨਾਲ ਜੁੜੀ ਹੋਈ ਅਸੀਂ ਕੱਲ ਖਬਰ ਇਹ ਸਾਂਝੀ ਕੀਤੀ ਸੀ ਪ੍ਰੋਗਰਾਮ ਦੇ ਵਿੱਚ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਜਿਸ ਤਰੀਕੇ ਨਾਲ ਸ਼੍ਰੋਮਣੀ ਕਮੇਟੀ ਦੇ 100 ਸਾਲਾ ਸਥਾਪਨਾ ਦਿਵਸ ਦੇ ਮੌਕੇ ਜਿਸ ਤਰੀਕੇ ਦੇ ਨਾਲ EVM ਦੇ ਉੱਤੇ ਸਵਾਲ ਚੁੱਕੇ ਆ ਜਿਸ ਤਰੀਕੇ ਨਾਲ ਉਹਨਾਂ ਨੇ ਕਿਹਾ ਜੀ ਕਿ ਪੰਥ ਤੋਂ ਪੰਜਾਬ ਦੇ ਵੱਲ ਮੋੜਾ ਕੱਟਣਾ ਚਾਹੀਦਾ ਜਿਵੇਂ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਉਹ ਪੁੱਤ ਆ ਤੇ ਸ਼੍ਰੋਮਣੀ ਕਮੇਟੀ ਮਾਂ ਤੇ ਮਾਂ ਤੇ ਪੁੱਤ ਨੂੰ ਕੋਈ ਅੜ ਨਹੀਂ ਕਰ ਸਕਦਾ ਇਹਨਾਂ ਬਿਆਨਾਂ ਦੇ ਉੱਤੇ ਬਹੁਤ ਵੱਡੇ ਪੱਧਰ ਦੇ ਉੱਤੇ ਵਿਵਾਦ ਪੈਦਾ ਹੋਇਆ ਹੁਣ ਇਸ ਵਕਤ ਭਾਜਪਾ ਦੇ ਵੱਲੋਂ ਤਿੱਖੇ ਰੋਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਸਵਾਲ ਕੀਤੇ ਗਏ ਆ ਉਹਨਾਂ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਹੋਰੀ ਕਹਿੰਦੇ ਆ ਕਿ ਜਿੰਨੀ ਦੇਰ ਤੱਕ ਈਵੀਐਮ ਆ ਉਨੀ ਦੇਰ ਤੱਕ ਕੇਂਦਰ ਦੀ ਸਰਕਾਰ ਨੂੰ ਹਰਾਉਣਾ ਔਖਾ ਤੇ EVM ਦੇ ਕਰਕੇ ਕੇਂਦਰ ਦੀ ਸਰਕਾਰ ਜਿੱਤਦੀ ਹੈ ਤੇ ਇਤੋਂ ਇਹ ਪਤਾ ਲੱਗਦਾ ਜੀ ਕਿ ਅੱਜਕੱਲ ਜਥੇਦਾਰ ਸਾਹਿਬ ਆ ਜਿਹੜੇ ਉਹ ਬੁਖਲਾ ਗਏ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਜਥੇਦਾਰ ਸਾਹਿਬ ਦਾ ਦਿਮਾਗੀ ਤਵਾਜ਼ਰ ਨਹੀਂ ਠੀਕ ਹੈਗਾ ਉਹਨਾਂ ਨੇ ਕੁਝ ਕੁ ਹੋਰ ਗੱਲਾਂ ਵੀ ਕਹੀਆਂ ਜਿਹਦੇ ਕਰਕੇ ਅੱਜ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੇ ਭਾਜਪਾ ਦੇ ਆਗੂ ਦੇ ਉੱਤੇ ਸ਼ਬਦ ਕੁवार ਕੀਤੇ ਆ ਅੱਜ ਇਸ ਮਾਮਲੇ ਦੇ ਉੱਤੇ ਬੜੀ ਚਰਚਾ ਰਹੀ ਹੈ ਪੰਜਾਬ ਦੇ ਵਿੱਚ ਕਿਉਂਕਿ ਅੱਜ ਆਮ ਆਦਮੀ ਪਾਰਟੀ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਉਹਨਾਂ ਨੇ ਕਿਹਾ ਜੀ ਕਿ ਜਥੇਦਾਰ ਸਾਹਿਬ ਨੇ ਜਿਹੜੇ ਉਹ ਅਕਾਲੀ ਦਲ ਦੇ ਬੁਲਾਰੇ ਬਣ ਉਹਨਾਂ ਨੂੰ ਚਾਹੀਦਾ ਕਿ ਉਹ ਜਥੇਦਾਰ ਹੀ ਰਹਿਣ ਉਹਨਾਂ ਦੇ ਵੱਲੋਂ ਜਥੇਦਾਰ ਰਹਿੰਦੇ ਆ ਆਪਣੇ ਕੰਮ ਸਹੀ ਤਰੀਕੇ ਨਾਲ ਕਰਨੇ ਚਾਹੀਦੇ ਆ ਆਕਾਲੀ ਦਲ ਦੇ ਬੁਲਾਰੇ ਬਣ ਕੇ ਵਿਚਰਨਾ ਨਹੀਂ ਚਾਹੀਦਾ ਜਿਵੇਂ ਉਹ ਬੋਲਦੇ ਆ ਜਿਵੇਂ ਉਹਨਾਂ ਦੇ ਅੰਦਰੋਂ ਆਵਾਜ਼ ਨਿਕਲਦੀ ਆ ਇਹ ਕਿਸੇ ਇੱਕ ਰਾਜਨੀਤਿਕ ਪਾਰਟੀ ਦੇ ਲਈ ਨਹੀਂ ਇਹ ਸਿੱਖੀ ਦੇ ਲਈ ਇਹ ਸਮਾਜ ਦੇ ਲਈ ਇਹ ਪੰਜਾਬ ਦੇ ਲਈ ਆਵਾਜ਼ ਹੋਣੀ ਚਾਹੀਦੀ ਆ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸੰਜਿਆ ਕਰਦੇ ਆ ਤੇ ਬਾਅਦ ਵਿੱਚ ਕ ਲੰਗ ਟਿੱਪੜੀ ਸ਼੍ਰੀ ਆਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਕੇਂਦਰ ਦੀ ਸਰਕਾਰ ਨੂੰ ਈਵੀਐਮ ਦੀ ਸਰਕਾਰ ਕਹਿਣ ਦੇ ਉੱਤੇ ਭਾਜਪਾ ਨੇ ਪਲਟਵਾਰ ਕੀਤਾ ਹੈ ਪਾਜ ਪਾਗੂ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਸਾਨੂੰ ਜਥੇਦਾਰ ਤੋਂ ਕਿਸੇ ਸਰਟੀਫਿਕੇਟ ਦੀ ਲੋੜ ਨਹੀਂ ਹੈ ਜਥੇਦਾਰ ਮਾਨਸਿਕ ਤੌਰ ਦੇ ਉੱਤੇ ਉਹਨਾਂ ਨੇ ਕਿਹਾ ਬਿਮਾਰ ਨਜ਼ਰ ਆ ਰਹੇ ਨਹੀਂ ਉਹਨਾਂ ਨੇ ਕਿਹਾ ਕਿ ਜਥੇਦਾਰ ਆਪਣੀ ਨੌਕਰੀ ਬਚਾਉਣ ਦੇ ਲਈ ਅਜਿਹੇ ਬਿਆਨ ਦੇ ਰਹੇ ਨੇ ਉਹਨਾਂ ਦੀ ਮਨਸ਼ਾ ਸ਼੍ਰੋਮਣੀ ਕਮੇਟੀ ਚੋਣਾਂ ਦੇ ਵਿੱਚ ਵਿਗਨ ਪਾਉਣ ਦੀ ਹੈ ਉਹ ਪੰਜਾਬ ਦੇ ਮਾਹੌਲ ਨੂੰ ਵਿਗਾੜਨਾ ਚਾਹੁੰਦੇ ਨੇ ਅੱਧੇ ਸਿੱਖ ਤਾਂ ਜਥੇਦਾਰ ਨੂੰ ਸਿੱਖ ਵੀ ਨਹੀਂ ਮੰਨਦੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਦੱਸਣਾ ਬਣਦਾ ਹੈ ਕਿ ਲੰਘੇ ਕੱਲ੍ਹ ਜਥੇਦਾਰ ਨੇ ਸਿੱਖ ਕੌਮ ਨੂੰ ਸੁਚੇਤ ਕਰਦੇ ਹੋਏ ਕਿਹਾ ਸੀ ਕਿ ਕੇਂਦਰ ਦੇ ਵਿੱਚ ਈਵੀਐਮ ਸਰਕਾਰ ਬੈਠੀ ਹੈ ਤੇ ਉਸ ਕੋਲੋਂ ਕੋਈ ਉਮੀਦ ਨਹੀਂ ਰੱਖਣੀ ਚਾਹੀਦੀ ਇਸ ਕਰਕੇ ਜਾਗੜਨ ਦੀ ਲੋੜ ਹੈ ਇਸ ਤੋਂ ਬਾਅਦ ਭਾਜਪਾ ਆਗੂ ਗਰੇਵਾਲ ਨੇ ਕਿਹਾ ਕਿ ਬਿਹਾਰ ਦੇ ਵਿੱਚ ਚੋਣ ਨਤੀਜਿਆਂ ਤੋਂ ਅਕਾਲੀ ਦਲ ਘਬਰਾਇਆ ਹੋਇਆ ਹੈ ਤੇ ਇਸੇ ਕਰਕੇ ਜਥੇਦਾਰ ਤੋਂ ਇਹੋ ਜਿਹੇ ਬਿਆਨ ਦਿਵਾਏ ਜਾ ਰਹੇ ਨੇ ਪਰ ਜਥੇਦਾਰ ਦੇ ਬਿਆਨ ਦੇ ਨਾਲ ਭਾਜਪਾ ਨੂੰ ਕੋਈ ਫਰਕ ਨਹੀਂ ਪਵੇਗਾ। ਇਸੇ ਤਰ੍ਹਾਂ ਅੱਜ ਆਮ ਆदमी ਪਾਰਟੀ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਇੱਕ ਮਹੱਤਵਪੂਰਨ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਹਦੇ ਵਿੱਚ ਵਿਧਾਇਕ ਮੀਤ ਹੇਰ ਤੇ ਅਨਮੋਲ ਗਦਨਮਾਨ ਨੇ ਹਿੱਸਾ ਲਿਆ। ਇਸ ਮੌਕੇ ਦੇ ਉੱਤੇ ਆਪ ਵਿਧਾਇਕ ਮੀਤ ਹੇਰ ਨੇ ਕਿਹਾ ਕਿ ਜੇਪੀ ਨੱਡਾ ਦਾ ਪੰਜਾਬ ਆਉਣ ਦੇ ਉੱਤੇ ਪੰਜਾਬ ਦੇ ਕਿਸਾਨ ਵਿਰੋਧ ਕਰਨਗੇ। ਮੀਤ ਹੇਰ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਹ ਗੱਲ ਸ਼ੋਭਾ ਨਹੀਂ ਦਿੰਦੀ ਕਿ ਉਹ ਅਕਾਲੀ ਦਲ ਦੇ ਬੁਲਾਰੇ ਬਣ ਉਹਨਾਂ ਕੋਲ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਉੱਚ ਪਦਵੀ ਹੈ ਉਸ ਨੂੰ ਕਾਇਮ ਰੱਖਣਾ ਚਾਹੀਦਾ ਹੈ ਅਕਾਲੀ ਦਲ ਆਪਣੇ ਸਿਆਸੀ ਫਾਇਦੇ ਲਈ ਹਮੇਸ਼ਾ ਹੀ ਐਸਜੀਪੀਸੀ ਤੇ ਅਕਾਲ ਤਖਤ ਸਾਹਿਬ ਦੀ ਸ਼ਰਨ ਵਿੱਚ ਚਲਾ ਜਾਂਦਾ ਹੈ ਤੇ ਸਿਆਸੀ ਫਾਇਦੇ ਦੇ ਵਾਸਤੇ ਹਰ ਤਰ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ ਅਨਮੋਲ ਗਗਨ ਮਾਨ ਨੇ ਕਿਹਾ ਕਿ ਨੱਡਾ ਜਦੋਂ ਵੀ ਪੰਜਾਬ ਦੇ ਵਿੱਚ ਆਉਣਗੇ ਤਾਂ ਬਾਦਲ ਤੇ ਕੈਪਟਨ ਨੂੰ ਵੀ ਨਾਲ ਲੈ ਕੇ ਆਉਣ ਉਹ ਪੰਜਾਬ ਦੇ ਵਿੱਚ ਕਿਸਾਨ ਅੰਦੋਲਨ ਮੌਕੇ ਮਰੇ ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲਣ ਨੱਡਾ ਪੰਜਾਬ ਆ ਕੇ ਇਹ ਸਭ ਦੇਖਣ ਕੇ ਪੰਜਾਬ ਦੇ ਵਿੱਚ ਕੀ ਹੋ ਰਿਹਾ ਬਾਅਦ ਦੇ ਵਿੱਚ ਮੋਦੀ ਸਾਹਿਬ ਨੂੰ ਜਾ ਕੇ ਦੱਸਣ ਕਿ ਪੰਜਾਬ ਦੇ ਲੋਕ ਸਿਰ ਝੁਕਾਉਣ ਵਾਲੇ ਨਹੀਂ ਪੰਜਾਬਗਾਨੇ ਵੱਡੇ ਵੱਡੇ ਜ਼ਾਲਮ ਹਾਕਮਾਂ ਦਾ ਹੁਣ ਤੱਕ ਸਾਹਮਣਾ ਕੀਤਾ ਹੈ ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਹੈ ਦੋਸਤੋ ਪਹਿਲੀ ਗੱਲ ਤਾਂ ਸੀ ਕਹਾਂਗੇ ਗਿਆਨੀ ਹਰਪ੍ਰੀਤ ਸਿੰਘ ਦੇ ਈਵੀਐਮ ਵਾਲੇ ਬਿਆਨ ਦੇ ਉੱਤੇ ਵਿਵਾਦ ਪੈਦਾ ਹੋਣਾ ਸੀ ਤੇ ਉਹ ਪੈਦਾ ਹੋ ਵੀ ਚੁੱਕਿਆ ਮੈਨੂੰ ਨਿੱਜੀ ਤੌਰ ਦੇ ਉੱਤੇ ਇਹ ਲੱਗਦਾ ਸੀ ਕਿ ਇੱਕ ਹੋਰ ਗੱਲ ਦੇ ਉੱਤੇ ਵਿਵਾਦ ਪੈਦਾ ਹੋਣਾ ਕਿਉਂਕਿ 100 ਸਾਲਾ ਸਮਾਗਮ ਦੇ ਮੌਕੇ ਉਹਨਾਂ ਨੇ ਇਹ ਵੀ ਗੱਲ ਕਹੀ ਸੀ ਕਿ ਜਿਹੜਾ ਜੀ ਕਰਦਾ ਉਹ ਐਸਜੀਪੀਸੀ ਦੇ ਦਫ਼ਤਰ ਨੂੰ ਤਾਲਾ ਜੜ ਜਾਂਦਾ ਕਿਉਂਕਿ ਪਿਛਲੇ ਕੁਝ ਕ ਸਮੇਂ ਤੋਂ ਜਥੇਬੰਦੀਆਂ ਦੇ ਵੱਲੋਂ 328 ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਗਾਇਬ ਦੇ ਮਾਮਲੇ ਦੇ ਉੱਤੇ ਪ੍ਰਦਰਸ਼ਨ ਕੀਤਾ ਗਿਆ ਤੇ ਉਹਨਾਂ ਦੇ ਵੱਲੋਂ ਤਾਲਾ ਜੜਿਆ ਗਿਆ ਕਈ ਵਾਰ ਐਸਜੀਪੀਸੀ ਦੇ ਦਫ਼ਤਰ ਨੂੰ ਉਸ ਤੋਂ ਬਾਅਦ ਦੋਵੇਂ ਤਰ੍ਹਾਂ ਯਾਨੀ ਕਿ ਸ਼੍ਰੋਮਣੀ ਕਮੇਟੀ ਦੇ ਟਾਸਕ ਫੋਰਸ ਤੇ ਇਧਰੋਂ ਵੱਖ-ਵੱਖ ਪੰਤਕ ਜਥੇਬੰਦੀਆਂ ਦੇ ਲੋਕ ਆ ਜਿਹੜੇ ਆਪਸ ਦੇ ਵਿੱਚ ਭੜੇ ਪੱਗੋ ਹੱਥੀ ਵੀ ਹੋਏ ਆ ਤਲਵਾਰਾਂ ਵੀ ਹਵਾ ਦੇ ਵਿੱਚ ਲਹਿਰਾਈਆਂ ਤੇ ਵੱਾਧੂ ਜਾਨੀ ਤੇ مالی ਨੁਕਸਾਨ ਹੋਣ ਤੋਂ ਬਚਾਅ ਵੈਸੇ ਹੋਇਆ ਪਰ ਅਗਲੀ ਗੱਲ ਇਹ ਆ ਕਿ ਉਹਨਾਂ ਨੇ ਅਸਿੱਧੇ ਤਰੀਕੇ ਨਾਲ ਕਿਹਾ ਸੀ ਕਿ ਜੇਕਰ ਹੁਣ ਕੋਈ ਤਾਲਾ ਮਾਰੇ ਤਾ ਪੂਰੇ ਪੰਜਾਬ ਦੇ ਲੋਕਾਂ ਨੂੰ ਵੀ ਹੀਰਾ ਘੱਟ ਕੇ ਅਮਰਤਸਰ ਸਾਹਿਬ ਦੇ ਵਿੱਚ ਪਹੁੰਚ ਜਾਣਾ ਚਾਹੀਦਾ ਮੈਨੂੰ ਜ਼ਾਤੀ ਤੌਰ ਦੇ ਉੱਤੇ ਲੱਗਦਾ ਸੀ ਕਿ ਜਿਹੜੀਆਂ ਜਥੇਬੰਦੀਆਂ ਦੇ ਉੱਤੇ ਜਿਹੜੇ ਧਰਨਾ ਪ੍ਰਦਰਸ਼ਨ ਕਰਨ ਵਾਲੇ ਲੋਕਾਂ ਦੇ ਵੱਲ ਆਰ ਲਾਈ ਗਈ ਹੈ ਉਹ ਵੀ ਇਸ ਮਾਮਲੇ ਦੇ ਵਿੱਚ ਬੋਲਣਗੇ ਪਰ ਉਹਨਾਂ ਦੇ ਵੱਲੋਂ ਨਹੀਂ ਬੋਲਿਆ ਗਿਆ ਪਰ EVM ਦੇ ਮਾਮਲੇ ਦੇ ਉੱਤੇ ਅਕਾਲੀ ਦਲ ਤੇ ਭਾਜਪਾ ਦੇ ਆਗੂ ਆਹਮੋ ਸਾਹਮਣੇ ਹੋ ਗਏ ਆ ਅੱਜ ਡਾਕਟਰ ਦਲਜੀਤ ਸਿੰਘ ਟੀਮਾ ਹੋਰਾਂ ਨੇ ਇਹ ਗੱਲ ਕਹੀ ਹੈ ਉਹ ਕਹਿੰਦੇ ਜੀ ਕਿ ਭਾਜਪਾ ਦੇ ਆਗੂ ਗਰੇਵਾਲ ਹੋਰਾਂ ਨੂੰ ਸ਼ਬਦਕ ਮਰਿਆਦਾ ਦਾ ਪਤਾ ਹੋਣਾ ਚਾਹੀਦਾ ਉਹ ਜਸਦਾਰ ਸਾਹਿਬ ਦੇ ਮੁਤਲਕ ਕਿਹੋ ਜੀ ਭੱਦੀ ਸ਼ਬਦਾਵਲੀ ਵਰਤ ਰਹੇ ਆ ਉਹ ਮਾਨਸਿਕ ਤਵਾਜ਼ਨ ਗਵਾ ਚੁੱਕੇ ਵਾਲੀ ਗੱਲ ਕਰਦੇ ਆ ਇਦਾਂ ਦੇ ਸ਼ਬਦ ਨਹੀਂ ਵਰਤਣੇ ਚਾਹੀਦੇ ਉਹਨਾਂ ਨੇ ਸਿੱਖ ਕੌਮ ਨੂੰ ਨਾਰਾਜ਼ ਕੀਤਾ ਸਿੱਖ ਕੌਮ ਦੇ ਮਨ ਦੇ ਉੱਤੇ ਸੱਟ ਮਾਰੀ ਆ ਚੀਮਾ ਸਾਹਿਬ ਦੇ ਕਹਿਣ ਦੇ ਮੁਤਾਬਕ ਪਰ ਭਾਜਪਾ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਸਾਨੂੰ ਕੋਈ ਫਰਕ ਨਹੀਂ ਪੈਂਦਾ ਇਹ ਇਹੋ ਜਿਹੀਆਂ ਗੱਲਾਂ ਕਰਦੇ ਆ ਅਸੀਂ ਆਪਣਾ ਕੰਮ ਕਰਦੇ ਰਹਿਣਾ ਪਰ ਆਮ ਆदमी ਪਾਰਟੀ ਨੇ ਇਹ ਗੱਲ ਕਹੀ ਹੈ ਕਿ ਬੁਲਾਰੇ ਨਹੀਂ ਬਣਨਾ ਚਾਹੀਦਾ ਅਕਾਲੀ ਦਲ ਦੇ ਜਥੇਦਾਰ ਸਾਹਿਬ ਨੂੰ ਤੇ ਪਿਛਲੇ ਕੁਝ ਕੇ ਸਮੇਂ ਤੋਂ ਜਥੇਦਾਰ ਸਾਹਿਬ ਨੇ ਤੇ ਪ੍ਰਧਾਨ ਸਾਹਿਬ ਜਿਹੜੇ ਐਸਜੀਪੀਸੀ ਦੇ ਉਹਨਾਂ ਨੇ ਆਪਣਾ ਤੇ ਸੰਸਥਾਵਾਂ ਦਾ ਅਕਸ ਕਿਵੇਂ ਵਿਗਾੜਿਆ ਇਹਦੇ ਬਾਬਤ ਉਹਨਾਂ ਨੇ ਗੱਲਬਾਤ ਅੱਜ ਕੀਤੀ ਹੈ ਪਰ ਇਸੇ ਦਰਮਿਆਨ ਮਨਜੀਤ ਸਿੰਘ ਜੀ ਕੇ ਜਿਹੜੇ ਕਿ ਜਾਗੋ ਪਾਰਟੀ ਵਾਲੇ ਆ ਉਹਨਾਂ ਨੇ ਕਿਹਾ ਜੀ ਕਿ ਜਥੇਦਾਰ ਦੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਬਿਆਨ ਨੂੰ ਉਹਨਾਂ ਦੇ ਕਹਿਣੀ ਨੂੰ ਸਮਝਣ ਦੀ ਕੋਸ਼ਿਸ਼ ਕਰੇ ਅਕਾਲੀ ਦਲ ਬਾਦਲ ਕਿਉਂਕਿ ਉਹਨਾਂ ਨੇ ਕਿਹਾ ਜੀ ਕਿ ਇਸ ਵਕਤ ਅਕਾਲੀ ਦਲ ਨੂੰ ਪੰਥ ਤੋਂ ਮੋੜਾ ਕੱਟ ਕੇ ਪੰਜਾਬ ਦੇ ਵੱਲ ਆਉਣਾ ਚਾਹੀਦਾ ਹੈ ਪੰਥ ਤੋਂ ਪੰਜਾਬ ਦੇ ਵੱਲ ਮੁੜਨਾ ਚਾਹੀਦਾ ਤੇ ਪੰਜਾਬ ਦੇ ਹਿੱਤਾਂ ਨੂੰ ਗਹਿਣੇ ਪਾ ਕੇ ਅਕਾੜੀ ਦਲ ਦੇ ਵੱਲੋਂ ਇਸ ਵਕਤ ਆਪਣੀਆਂ ਮਨ ਆਈਆਂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੀਆਂ ਕਿ ਇਸ ਵਕਤ ਨਹੀਂ ਹੋਣੀਆਂ ਸਭ ਦੇ ਬਿਆਨ ਆ ਜਿਹੜੇ ਉਹ ਲਗਾਤਾਰ ਅੱਗੇ ਤੋਂ ਅੱਗੇ ਵੱਧ ਰਹੇ ਆ ਕੋਈ ਕਿਸੇ ਨਾਲ ਸਹਿਮਤ ਹੋ ਸਕਦਾ ਕੋਈ ਕਿਸੇ ਨਾਲ ਸਹਿਮਤ ਹੋ ਸਕਦਾ ਪਰ ਮਨ ਦੇ ਵਿੱਚ ਸਵਾਲ ਇਹ ਜ਼ਰੂਰ ਉਮੜ ਰਹੇ ਆ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਈਵੀਐਮ ਦੇ ਉੱਤੇ ਸਵਾਲ ਚੁੱਕਿਆ ਚੁੱਕਣਾ ਵੀ ਬਣਦਾ ਪੰਜਾਬ ਦੇ ਵੱਡੀ ਗਣਤੀ ਦੇ ਵਿੱਚ ਲੋਕਾਂ ਨੇ ਮਨਾਂ ਵਿੱਚ ਇਹੀ ਸਵਾਲ ਆ ਕਿ ਚੌ ਪਾਸੇ ਜਦੋਂ ਮੋਦੀ ਸਰਕਾਰ ਦੀ ਵਿਰੋਧਤਾ ਹੋਵੇ ਤਾਂ ਫੇਰ ਵੀ ਬਿਹਾਰ 'ਚ ਸਰਕਾਰ ਬਣ ਜਾਂਦੀ ਹੈ ਜਿੱਥੇ-ਜਿੱਥੇ ਵੀ ਵੋਟਾਂ ਪੈਣੀਆਂ ਉਹ ਫੇਰ ਸਰਕਾਰਾਂ ਬਣਾਉਣ 'ਚ ਕਾਮਯਾਬ ਹੋ ਜਾਂਦੇ ਆ ਕਿਤੇ ਈਵੀਐਮ ਦੇ ਕਰਕੇ ਤਾਂ ਨਹੀਂ ਇਹ ਸਵਾਲ ਸਵਾਲ ਹੀ ਬਣਿਆ ਹੋਇਆ ਇਹਦਾ ਕਦੇ ਵੀ ਤਸੱਲੀ ਜਨਕ ਉੱਤਰ ਨਹੀਂ ਮਿਲਿਆ ਪਰ ਸਵਾਲ ਹੁਣ ਇਹ ਵੀ ਪੈਦਾ ਹੁੰਦਾ ਕਿ ਜੇਕਰ ਅੱਜ ਵੀ ਆਕਾੜੀ ਦਲ ਤੇ ਭਾਜਪਾ ਦਾ ਗਠਜੋੜ ਹੁੰਦਾ ਜੇਕਰ ਬੀਬੀ ਹਰਸ਼ਵਰਤਕ ਔਰ ਬਾਦਲ ਅਸਤੀਫਾ ਨਾ ਦਿੰਦੇ ਕੀ ਇਹ ਮੁੱਦਾ ਐਵੇਂ ਚੁੱਕਿਆ ਜਾਣਾ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਹੋਰੀ ਫੇਰ ਵੀ ਇਹ ਸਵਾਲ ਨੂੰ ਚੁੱਕਦੇ ਇਹ ਵੀ ਕਈ ਰਾਜਨੀਤਿਕ ਪਾਰਟੀਆਂ ਦੇ ਆਗੂ ਮੁੱਦਾ ਚੁੱਕ ਰਹੇ ਆ ਨੁਕਤਾ ਚੁੱਕ ਰਹੇ ਆ ਵੀ ਕਿਤੇ ਇਸ ਵਕਤ ਜਿਹੜੀ ਪਾਟੋ ਧਾੜ ਵਾਲੀ ਗੱਲ ਹੋਈ ਆ ਇਸ ਵਕਤ ਰਾ ਆ ਡੱਡ ਹੋ ਗਏ ਆ ਇਸ ਕਰਕੇ ਤਾਂ ਨਹੀਂ ਗਿਆਨੀ ਜੀ ਕੁਝ ਕਹਿ ਰਹੇ ਤੇ ਜੇਕਰ ਇਕੱਠੇ ਹੁੰਦੇ ਤਾਂ ਸ਼ਾਇਦ ਉਹ ਹੋਣ ਵਾਲੇ ਕੌੜੇ ਸ਼ਬਦਾਂ ਦੀ ਵਰਤੋਂ ਨਾ ਕਰਦੇ ਬੈਂਸ ਹੋਰਾਂ ਨੂੰ ਪੱਤਰਕਾਰਾਂ ਦੇ ਵੱਲੋਂ ਅੱਜ ਵੀ ਸਵਾਲ ਕੀਤਾ ਕਿ ਤੁਸੀਂ ਇੱਧਰ ਪਾਣੀਆਂ ਦੇ ਲਈ ਯਾਤਰਾ ਕੱਢਦੇ ਫਿਰਦੇ ਹੋ ਤੇ ਦੂਜੇ ਪਾਸੇ ਔਰਤ ਦੇ ਵੱਲੋਂ ਤੁਹਾਡੇ ਉੱਤੇ ਇੰਨੇ سنگੀਨ ਇਲਜ਼ਾਮ ਲਾਏ ਗਏ ਆ ਇਹਦੇ ਬਾਬ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹ ਅਸਲ ਦੇ ਵਿੱਚ ਚੱਲਦੇ ਹੋਏ ਕਾਫਲੇ ਨੂੰ ਰੋਕਣ ਦੀ ਇੱਕ ਕੋਸ਼ਿਸ਼ ਕੀਤੀ ਗਈ ਹੈ। ਉਹਨਾਂ ਨੇ ਕਿਹਾ ਜੀ ਕਿ ਆਉਂਦੇ 4 ਘੰਟਿਆਂ ਦੇ ਵਿੱਚ ਵਿੱਚ ਸਾਰੀ ਗੱਲ ਸਾਫ਼ ਹੋ ਜਾਣੀ ਹੈ ਕਿ ਔਰਤ ਦੇ ਵੱਲੋਂ ਕਿਹੜੀ ਗੱਲੋਂ ਦੋਸ਼ ਲਾਏ ਗਏ ਆ। ਇਹ ਦੋਸ਼ ਕਿੰਨੇ ਕੁ ਸੱਚੇ ਆ। ਉਹਨਾਂ ਨੇ ਕਿਹਾ ਜੀ ਕਿ ਪੁਲਿਸ ਆਪਣੀ ਪੜਤਾਲ ਕਰ ਰਹੀ ਆ। ਪਰ ਅਸੀਂ ਆਉਂਦੇ ਸਮੇਂ ਦੇ ਵਿੱਚ ਕਈ ਕੁਝ ਦੱਸਾਂਗੇ ਉਹ ਕੀ ਦੱਸਣਗੇ ਇਹਦੇ ਬਾਬਤ ਆਉਣ ਵਾਲਾ ਵਕਤ ਦੱਸੂਗਾ ਪਰ ਇਸ ਵਕਤ ਜੇਕਰ ਸੋਸ਼ਲ ਮੀਡੀਆ ਦੀ ਗੱਲ ਕਰਗੇ ਹਾਲਾਂਕਿ ਅਸੀਂ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦੇ ਬਾਬਤ 100% ਦੀ ਜਾਣਕਾਰੀ ਕਦੇ ਨਹੀਂ ਹਾਸਲ ਕਰ ਸਕਦੇ ਕਿਉਂਕਿ ਸਾਨੂੰ ਇਸ ਗੱਲ ਦਾ ਇਲਮ ਤਾਂ ਹੈਗਾ ਕਿ ਮੰਗਲ ਗ੍ਰਹਿ ਦੇ ਉੱਤੇ ਪਾਣੀ ਹੈ ਜਾਂ ਨਹੀਂ ਹੈ ਪਰ ਇਹ ਨਹੀਂ ਪਤਾ ਕਿ ਜਿਹੜਾ ਵੀ ਵਿਅਕਤੀ ਸਾਡੇ ਨਾਲ ਬੈਠਾ ਉਹਦੇ ਮਨ ਦੇ ਵਿੱਚ ਕੀ ਚੱਲ ਰਿਹਾ ਹੈ ਉਹ ਮਾਨਸਿਕ ਤੌਰ ਦੇ ਉੱਤੇ ਕਿਵੇਂ ਆ ਉਹਦੇ ਮਨ ਦੇ ਵਿੱਚ ਸਹੀ ਖਿਆਲ ਆ ਰਹੇ ਆ ਜਾਂ ਗਲਤ ਵਿਚਾਰ ਆ ਰਹੇ ਆ ਸੋ ਕੁਝ ਕਹਿ ਨਹੀਂ ਸਕਦੇ ਪਰ ਜੇਕਰ ਅਸੀਂ ਕੀਤੇ ਹੋਏ ਕੰਮਾਂ ਨੂੰ ਦੇਖਦੇ ਹਾਂ ਬੈਂਸ ਭਰਾਵਾਂ ਦੇ ਤਾਂ ਉਹ ਬਹੁ ਗਿਣਤੀ ਵਿਧਾਇਕਾਂ ਦੇ ਨਾਲੋਂ ਚੰਗੇ ਆ ਬੇਸ਼ੱਕ ਰਾਜਨੀਤਿਕ ਤੌਰ ਦੇ ਉੱਤੇ ਇੱਕ ਦੂਜੇ ਦੀ ਲੱਤ ਖਿੱਚਣਾ ਕਈ ਪਾਸਿਓਂ ਠੀਕ ਵੀ ਮੰਨਿਆ ਜਾਂਦਾ ਕਈ ਲੋਕ ਆ ਜਿਹੜੇ ਕਿ ਇਨਸਾਫ ਪਸੰਦ ਆ ਜਿਹੜੇ ਕਿ ਚਾਹੁੰਦੇ ਆ ਕਿ ਪੰਜਾਬ ਦੀ ਰਾਜਨੀਤੀ ਵੀ ਸੁਲੱਖਣੀ ਹੋਵੇ ਉਹ ਲੱਤ ਖਿੱਚਣ ਵਾਲੀ ਫਾਰਮੂਲੇ ਨੂੰ ਮਾੜਾ ਵੀ ਮੰਨਦੇ ਆ ਅਸੀਂ ਵੀ ਚਾਹੁੰਦੇ ਆ ਕਿ ਪੰਜਾਬ ਦੇ ਹਿੱਤਾਂ ਦੀ ਬਾਤ ਪੈਣੀ ਚਾਹੀਦੀ ਹੈ ਲੱਤ ਖਿੱਚਣ ਵਾਲਾ ਫਾਰਮੂਲਾ ਨਹੀਂ ਚੱਲਣਾ ਚਾਹੀਦਾ ਪਰ ਸਭ ਦੇ ਆਪੋ ਆਪਣੇ ਵਿਚਾਰ ਆ ਫਿਰ ਵੀ ਜੇਕਰ ਕੰਮ ਦੇ ਲਿਹਾਜ਼ ਨਾਲ ਲਾਲ ਤੇ ਪੰਜਾਬ ਦੇ ਮੁੱਦਿਆਂ ਨੂੰ ਚੁੱਕਣ ਦੇ ਲਿਹਾਜ਼ ਨਾਲ ਵੇਖੀਏ ਤਾਂ ਬੈਂਸ ਭਰਾਵਾਂ ਦੇ ਵੱਲੋਂ ਨਿਠ ਕੇ ਕੰਮ ਕੀਤਾ ਜਾ ਰਿਹਾ ਪਰ ਇਸੇ ਦਰਮਿਆਨ ਅੱਜ ਆ ਕਾੜੀ ਦਲ ਦੇ ਵੱਲੋਂ ਵੀ ਸ਼ਬਦ ਕੁਵਾਰ ਕੀਤੇ ਗਏ ਆ ਉਹਨਾਂ ਨੇ ਕਿਹਾ ਕਿ ਬੈਂਸਾਂ ਦੇ ਖਿਲਾਫ ਇਸ ਵਕਤ ਸ਼ਿਕਾਇਤ ਦਰਜ ਹੋ ਚੁੱਕੀ ਹੈ ਪਰ ਇਸ ਦੇ ਬਾਵਜੂਦ ਪੁਲਿਸ ਦੇ ਵੱਲੋਂ ਐਫ ਆਈ ਆਰ ਦਰਜ ਨਹੀਂ ਕੀਤੀ ਜਾ ਰਹੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪੰਜਾਬ ਦੀ ਸਰਕਾਰ ਯਾਨੀ ਕਿ ਕਾਂਗਰਸ ਪਾਰਟੀ ਬੈਂਸ ਭਰਾਵਾਂ ਨੂੰ ਬਚਾਉਣ ਦਾ ਕੰਮ ਕਰ ਰਹੀ ਹੈ ਜਦਕਿ ਲੰਘੇ ਕੱਲ ਤੇ ਅੱਜ ਵੀ ਬੈਂਸ ਭਰਾਵਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਸੂਬੇ ਦੀ ਸਰਕਾਰ ਦੇ ਵੱਲੋਂ ਸਾਨੂੰ ਠੱਠ ਕੀਤਾ ਜਾ ਰਿਹਾ ਸਾਡੀ ਰਾਜਨੀਤੀ ਦੇ ਵਿੱਚ ਵਿਗੜਨ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਆਕਾੜੀ ਦਲ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਪੰਜਾਬ ਦੀ ਸਰਕਾਰ ਯਾਨੀ ਕਿ ਕਾਂਗਰਸ ਪਾਰਟੀ ਇਸ ਵਕਤ ਸਿਮਰਜੀਤ ਸਿੰਘ ਬੈਂਸ ਨੂੰ ਬਚਾਉਣ ਦੇ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ ਲੋਕਨ ਸਾਹ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਦੇ ਉੱਤੇ ਇੱਕ ਔਰਤ ਵੱਲੋਂ ਜਬਰ ਜਨਾਹ ਦੇ ਇਲਜ਼ਾਮ ਲਾਏ ਗਏ ਨੇ ਇਸ ਮੁੱਦੇ ਦੇ ਉੱਤੇ ਪੰਜਾਬ ਦੀ ਸਿਆਸਤ ਗਰਮਾ ਗਈ ਹੈ ਸ਼੍ਰੋਮਣੀ ਅਕਾਲੀ ਦਲ ਨੇ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ ਸੂਬਾ ਸਰਕਾਰ ਦੀ ਮਿਲੀ ਭਗਤ ਕਰਕੇ ਬੈਂਸ ਦੇ ਖਿਲਾਫ ਪਰਚਾ ਦਰਜ ਨਹੀਂ ਹੋ ਰਿਹਾ ਅਕਾਲੀ ਦਲ ਦੇ ਵੱਲੋਂ ਲੁਧਿਆਣਾ ਦੀ ਲੀਡਰਸ਼ਿਪ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਬੈਂਸ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਅਕਾਲੀ ਦਲ ਨੇ ਦੋਸ਼ ਲਾਇਆ ਕਿ ਲੁਧਿਆਣਾ ਦੀ ਪੁਲਿਸ ਸਿਮਰਜੀਤ ਬੈਂਸ ਨੂੰ ਪਨਾਹ ਦੇ ਰਹੀ ਹੈ ਉਹਨਾਂ ਕਹਿ ਕੇ ਸੂਬੇ ਦੀ ਸਰਕਾਰ ਵੀ ਇਹਦੇ ਵਿੱਚ ਮਿਲੀ ਹੋਈ ਹੈ ਅਕਾਲੀ ਦਲ ਨੇ ਸਵਾਲ ਖੜੇ ਕੀਤੇ ਨੇ ਕਿ ਔਰਤ ਵੱਲੋਂ ਸਿੱਧਾ ਬੈਂਸ ਦਾ ਨਾਂ ਲੈ ਕੇ ਉਹਦੇ ਉੱਤੇ ਇਲਜ਼ਾਮ ਲਾਏ ਗਏ ਨੇ ਪਰ باوجود ਇਸ ਦੇ ਹਾਲੇ ਤੱਕ ਕੋਈ ਐਫ ਆਈ ਆਰ ਦਰਜ ਨਹੀਂ ਕੀਤੀ ਗਈ ਲੁਧਿਆਣਾ ਦੀ ਹੀ ਇੱਕ ਔਰਤ ਦੇ ਵੱਲੋਂ ਬੈਂਸ ਦੇ ਉੱਤੇ ਜਬਰ ਜਨਾਹ ਦੇ ਦੋਸ਼ ਲਾਏ ਗਏ ਬੈਂਸ ਆਤਮ ਨਗਰ ਵਿਧਾਨ ਸਭਾ ਹਲਕੇ ਤੋਂ ਪੰਜਾਬ ਵਿਧਾਨ ਸਭਾ ਦੇ ਮੈਂਬਰ ਨੇ ਪੀੜਤ ਔਰਤ ਨੇ ਕਿਹਾ ਕਿ ਉਸ ਦਾ ਦਿਵਾਲੀਆ ਨਿਕਲ ਗਿਆ ਸੀ ਤੇ ਕਰਜ਼ਾ ਲਿਆ ਘਰ ਨੂੰ ਬਚਾਉਣ ਦੇ ਲਈ ਉਹਦੇ ਕੋਲ ਪੈਸੇ ਨਹੀਂ ਸਨ ਇਸ ਦੌਰਾਨ ਬੈਂਸ ਤੋਂ ਮਦਦ ਮੰਗਣ ਦੇ ਲਈ ਸੋਚਿਆ ਪਰ ਔਰਤ ਨੇ ਦੋਸ਼ ਲਾਇਆ ਕਿ ਬੈਂਸ ਨੇ ਉਸ ਨਾਲ ਪਾਰਟੀ ਦਫਤਰ ਦੇ ਵਿੱਚ ਹੀ ਕਈ ਵਾਰ ਜ਼ਬਰਜਨਾਹ ਕੀਤਾ ਪੀੜਤ ਔਰਤ ਨੇ ਹੁਣ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਚਿੱਠੀ ਲਿਖ ਕੇ ਬੈਂਸ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਤੇ ਇਹ ਗੱਲ ਕਹੀ ਹੈ ਕਿ ਜੇਕਰ ਮੈਨੂੰ ਇਨਸਾਫ ਨਾ ਮਿਲਿਆ ਤਾਂ ਮੈਂ ਆਤਮ ਹੱਤਿਆ ਕਰ ਲਵਾਂਗੀ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਸਿਮਰਜੀਤ ਸਿੰਘ ਬੈਂਸ ਹੋਰਾਂ ਦੇ ਉੱਤੇ ਲੱਗੇ ਦੋਸ਼ਾਂ ਦੀ ਪਰਚੋਲ ਹੋ ਰਹੀ ਹੈ ਇਸ ਪੜਤਾਲ ਦੇ ਵਿੱਚੋਂ ਕੀ ਨਿਕਲਦਾ ਕੀ ਨਹੀਂ ਨਿਕਲਦਾ ਇਹ ਵਕਤ ਬਿਆਨ ਕਰੂਗਾ ਇਹਦੇ ਬਾਬਤ ਕਿਸੇ ਵੀ ਕਿਸਮ ਦੀ ਟਿੱਪਣੀ ਕਰਨ ਦਾ ਸਾਨੂੰ ਕੋਈ ਹਾਲ ਦੀ ਘੜੀ ਹੱਕ ਨਹੀਂ ਪਰ ਕਿਥਿਤ ਤੌਰ ਦੇ ਉੱਤੇ ਜਿਹੜੇ ਦੋਸ਼ ਲਾਏ ਗਏ ਆ ਇਹਦੇ ਕਰਕੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਵਾਰ ਗਰਮੀ ਆਉਣੀ ਵੀ ਸੀ ਤੇ ਗਰਮੀ ਆ ਵੀ ਚੁੱਕੀ ਆ ਇੱਕ ਦੂਜੇ ਦੇ ਉੱਤੇ ਇਲਜ਼ਾਮਾਂ ਦਾ ਸਿਲਸਲਾ ਹੁਣ ਸ਼ੁਰੂ ਹੋ ਚੁੱਕਿਆ ਪਰ ਅਜ ਬੈਂਸ ਹੋਰਾਂ ਨੂੰ ਜਦੋਂ ਪੱਤਰਕਾਰਾਂ ਨੇ ਇਹ ਗੱਲ ਕਹੀ ਕਿ ਔਰਤ ਨੇ ਕਿਹਾ ਕਿ ਮੈਂ ਖੁਦਕੁਸ਼ੀ ਕਰ ਲੈਣੀ ਜੇਕਰ ਇਨਸਾਫ਼ ਨਾ ਮਿਲਿਆ ਤਾਂ ਸਿਮਰਜੀਤ ਬੈਂਸ ਨੇ ਇਹ ਗੱਲ ਕਹੀ ਆ ਕਿ ਅਸੀਂ ਇਹੋ ਜਿਹੀਆਂ ਗਿੱਦੜ ਧਮਕੀਆਂ ਤੋਂ ਡਰਨ ਵਾਲੇ ਨਹੀਂ ਆ ਉਹਨਾਂ ਨੇ ਕਿਹਾ ਜੀ ਕਿ ਇਹ ਜਾਣਬੁੱਝ ਕੇ ਸਿਆਸੀ ਤੌਰ ਦੇ ਉੱਤੇ ਸਾਰਾ ਕੁਝ ਕੀਤਾ ਜਾ ਰਿਹਾ ਹੈ ਸਿਆਸੀ ਤੌਰ ਦੇ ਉੱਤੇ ਰਾਹ ਦੇ ਵਿੱਚ ਰੋੜੇ ਅੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰਾਹ ਦੇ ਵਿੱਚ ਸਾਡੇ ਕੰਡੇ ਬੀਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅੱਜ ਫਿਰ ਸਿਮਰਜੀਤ ਬੈਂਸ ਨੇ ਕਿਹਾ ਕਿ 16 ਤਰੀਕ ਨੂੰ ਪੰਜਾਬ ਦੇ ਵਿੱਚੋਂ ਹਰੀਕੇ ਪੱਤਣ ਤੋਂ ਅਸੀਂ ਪੰਜਾਬ ਅਧਿਕਾਰ ਯਾਤਰਾ ਸ਼ੁਰੂ ਕਰਦੇ ਹਾਂ ਪੰਜਾਬ ਦੇ ਪਾਣੀ ਲਈ ਖੇਤਾਂ ਦੇ ਲਈ ਪੰਜਾਬ ਦੇ ਮਸਲਿਆਂ ਦੇ ਲਈ ਤੇ 19 ਤਰੀਕ ਨੂੰ ਦੀ ਸਮਾਪਤੀ ਹੋਣੀ ਹੈ 16 ਤਰੀਕ ਨੂੰ ਹੀ ਇੱਕ ਔਰਤ ਜਾ ਕੇ ਪੁਲਿਸ ਦੇ ਕੋਲੇ ਸ਼ਿਕਾਇਤ ਦਰਜ ਕਰਵਾਉਂਦੀ ਆ ਮਤਲਬ ਇਹਦਾ ਇਹ ਹੈ ਕਿ ਰਾਜਨੀਤਿਕ ਮਨਸ਼ੇ ਦੇ ਤਹਿਤ ਇਸ ਔਰਤ ਨੂੰ ਵਰਤਿਆ ਜਾ ਰਿਹਾ ਔਰਤ ਦੇ ਮੋਢੇ ਦੇ ਉੱਤੇ ਰੱਖ ਕੇ ਬੰਦੂਕ ਚਲਾਈ ਜਾ ਰਹੀ ਹੈ ਹੁਣ ਇਹ ਵਕਤ ਦੱਸੂਗਾ ਪਰ ਅਕਾਲੀ ਦਲ ਨੇ ਮੰਗ ਕੀਤੀ ਹੈ ਕਿ ਵਕਤਵਾਰੀ ਕੋਈ ਗੱਲ ਨਹੀਂ ਅਕਾਲੀ ਦਲਾ ਜਿਹੜਾ ਉਹ ਇਹ ਗੱਲ ਕਹਿ ਰਿਹਾ ਕਿ ਇਸ ਵਕਤ ਬੈਂਸ ਆ ਜਿਹੜੇ ਉਹ ਅੰਦਰ ਖਾਤੇ ਕਾਂਗਰਸ ਦੇ ਨਾਲ ਮਿਲੇ ਹੋਏ ਆ ਸੂਬੇ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ ਪੁਰਸੇ ਇਸੇ ਕਰਕੇ ਬੈਂਸ ਦੇ ਖਿਲਾਫ ਪਰਚਾ ਦਰਜ ਨਹੀਂ ਕਰਦੀ ਪਰ ਇਹ ਗੱਲ ਸੱਚੀ ਹੈ ਕਿ ਕਿਸੇ ਦੇ ਉੱਤੇ ਵੀ ਇਹੋ ਜਿਹਾ ਪਰਚਾ ਦਰਜ ਕਰਨ ਤੋਂ ਪਹਿਲਾਂ ਉਦੀ ਪੜਤਾਲ ਵੀ ਹੋਣੀ ਚਾਹੀਦੀ ਹੈ ਜੇ ਤਾਂ ਪੜਤਾਲ ਦੇ ਵਿੱਚ ਕਸੂਰਵਾਰ ਤੱਥਾਂ ਦੇ ਆਧਾਰ ਦੇ ਉੱਤੇ ਸਬੂਤਾਂ ਦੇ ਆਧਾਰ ਦੇ ਉੱਤੇ ਵਿਅਕਤੀ ਕੋਈ ਪਾਇਆ ਜਾਵੇ ਤਾਂ ਫਿਰ ਤਾਂ ਉਹਨੂੰ ਕਿਸੇ ਕੀਮਤ ਦੇ ਉੱਤੇ ਬਖਸ਼ਣਾ ਨਹੀਂ ਚਾਹੀਦਾ ਤੇ ਜੇਕਰ ਉਹ ਪੜਤਾਲ ਦੇ ਵਿੱਚ ਦੋਸ਼ ਝੂਠੇ ਨਿਕਲਣ ਤਾਂ ਫਿਰ ਜਿਨੇ ਦੋਸ਼ ਲਾਏ ਆ ਤੇ ਉਹਨੂੰ ਬਖਸ਼ਣਾ ਨਹੀਂ ਚਾਹੀਦਾ ਪਰ ਅੱਜ ਬਹੁਤ ਸਾਰੇ ਲੋਕਾਂ ਦੇ ਵੱਲੋਂ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਬੈਂਸ ਹੋਰਾਂ ਦੀ ਉਸ ਔਰਤ ਦੇ ਨਾਲ ਇੱਕ ਆਡੀਓ ਕਲਿੱਪ ਵਾਇਰਲ ਹੋ ਰਹੀ ਹੈ ਉਹ ਕਲਿੱਪ ਮੈਂ ਵੀ ਸੁਣੀ ਆ ਉਸ ਕਲਿੱਪ ਦੇ ਵਿੱਚ ਕੋਈ ਵੀ ਗੰਦਾ ਸ਼ਬਦ ਨਹੀਂ ਵਰਤਿਆ ਗਿਆ ਜੇਕਰ ਗੰਦਾ ਸ਼ਬਦ ਵਰਤਿਆ ਗਿਆ ਹੁੰਦਾ ਅਸੀਂ ਇਸੇ ਥਾਂ ਦੇ ਉੱਤੇ ਬੈਠ ਕੇ ਗੱਲ ਕਹਿਣੀ ਸੀ ਕਿ ਦੇਖੋ ਜੀ ਉਹਨਾਂ ਨੇ ਔਰਤ ਨੂੰ ਆਹ ਗੱਲ ਕਹੀ ਆ ਤੇ ਇਹ ਬਹੁਤ ਮਰਿਆਦਾ ਤੋਂ ਸਖਣੀ ਗੱਲ ਆ ਉਹ ਔਰਤ ਹੈਲੋ ਕਹਿੰਦੀ ਆ ਇਧਰ ਉਹ ਹੈਲੋ ਕਿਹਾ ਜਾਂਦਾ ਉਹ ਔਰਤ ਕਹਿੰਦੀ ਜੀ ਕਿ ਮੈਂ ਇਸ ਥਾਂ ਦੇ ਉੱਤੇ ਹੀ ਆ ਉਹ ਕਹਿੰਨੇ ਜੀ 15-20 ਮਿੰਟ ਦੇ ਵਿੱਚ ਦਫ਼ਤਰ ਦੇ ਵਿੱਚ ਹੀ ਪਹੁੰਚ ਜਾਓ ਤੇ ਇਸ ਤੋਂ ਬਾਅਦ ਕੋਈ ਗੱਲ ਹੀ ਹੈ ਨਹੀਂ ਜੇ ਤਾਂ ਇਹਦੇ ਵਿੱਚ ਕੋਈ ਅਸભ્યਕ ਸ਼ਬਦਾਵਲੀ ਹੋਵੇ ਜੇਕਰ ਔਰਤ ਨੂੰ ਸਿੱਧੇ ਅਸਿੱਧੇ ਤਰੀਕੇ ਦੇ ਨਾਲ ਕੋਈ ਗੱਲ ਕਹੀ ਗਈ ਹੋਵੇ ਜੇਕਰ ਕੋਈ ਦਿਨ ਦੀ ਜਾਂ ਰਾਤ ਦੀ ਕੋਈ ਗੱਲ ਕਹੀ ਗਈ ਹੋਵੇ ਫਿਰ ਤਾਂ ਮੰਨੀਏ ਪਰ ਇੱਕ ਫੋਨ ਕਾਲ ਨੂੰ ਸਧਾਰਨ ਫੋਨ ਕਾਲ ਨੂੰ ਜਿਸ ਤਰੀਕੇ ਦੇ ਨਾਲ ਰਾਜਨੀਤਿਕ ਲੋਕਾਂ ਦੇ ਵੱਲੋਂ ਵੀ ਪੇਸ਼ ਕੀਤਾ ਜਾ ਰਿਹਾ ਇਹਦੇ ਨਾਲ ਵੀ ਕਈ ਰਾਜਨੀਤਿਕ ਵਿਅਕਤੀਆਂ ਦੇ ਕਈ ਤਰ੍ਹਾਂ ਦੇ ਮਨਸ਼ੇ ਉਜਾਗਰ ਹੋ ਰਹੇ ਹਨ ਪੰਜਾਬੀ ਗਾਇਕ ਰਣਜੀਤ ਬਾਵਾ ਦੀ ਮੁਸ਼ਕਲ ਦੇ ਵਿੱਚ ਵਾਧਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰਣਜੀਤ ਬਾਵਾ ਦੀ ਅਕਾਲੀ ਦਲ ਦੇ ਸਾਬਕਾ ਸਰਪੰਚ ਨਸ਼ਾ ਤਸਕਰ ਗੁਰਦੀਪ ਸਿੰਘ ਰਾਣੋ ਦੇ ਨਾਲ ਇੱਕ ਫੋਟੋ ਵਾਇਰਲ ਹੋਈ ਹੈ ਤੇ ਭਾਜਪਾ ਦੇ ਇੱਕ ਵਿੰਗ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਇਸ ਮਾਮਲੇ ਦੀ ਪੜਤਾਲ ਈਡੀ ਦੇ ਕੋਲ ਹੋਣੀ ਚਾਹੀਦੀ ਹੈ ਕਿਉਂਕਿ ਰਣਜੀਤ ਬਾਵੇ ਦੀ ਜਿਸ ਤਰੀਕੇ ਨਾਲ ਫੋਟੋ ਵਾਇਰਲ ਹੋਈ ਹੈ ਤੇ ਇਹਦੇ ਵਿੱਚ ਪਤਾ ਨਹੀਂ ਕਿੱਥੇ ਕਿੱਥੇ ਤਾਰਾਂ ਜੁੜੀਆਂ ਹੋਣ ਨਸ਼ਾ ਤਸਕਰਾਂ ਦੇ ਨਾਲ ਗਾਇਕ ਦੀਆਂ ਤੇ ਪਤਾ ਨਹੀਂ ਜਾਇਦਾਦਾਂ ਕਿਹੋ ਜੀਆਂ ਬਣਾਈਆਂ ਹੋਣ ਉਹਨਾਂ ਨੇ ਇਹ ਨੁਕਤਾ ਚੁੱਕ ਕੇ ਤੇ ਈਡੀ ਦੇ ਕੋਲ ਸ਼ਿਕਾਇਤ ਕਰਤੀ ਹੈ ਅੱਜ ਰਣਜੀਤ ਬਾਵਾ ਦੇ ਮੈਨੇਜਰ ਦੇ ਵੱਲੋਂ ਇਸ ਮਾਮਲੇ ਤੇ ਸਫਾਈ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਜੀ ਕਿ ਪਿਛਲੇ ਦਿਨੀ ਇੱਕ ਗਾਣਾ ਕੁਝ ਕ ਮਹੀਨੇ ਪਹਿਲਾਂ ਦੀ ਗੱਲ ਆ ਜਾਂ ਹਫਤੇ ਪਹਿਲਾਂ ਦੀ ਗੱਲ ਆ ਉਹਨਾਂ ਨੇ ਕਿਹਾ ਜੀ ਕਿ ਗੁਰਦੀਪ ਸਿੰਘ ਰਾਣੋ ਦੇ ਘਰ ਦੇ ਵਿੱਚ ਉਹਦੇ ਫਾਰਮ ਹਾਊਸ ਦੇ ਵਿੱਚ ਸ਼ੂਟ ਕੀਤਾ ਗਿਆ ਉਸ ਮੌਕੇ ਇਹ ਫੋਟੋ ਵੀ ਕਰ ਲਈ ਗਈ ਹੈ ਜਿਹੜੀ ਕਿ ਵਾਇਰਲ ਹੋ ਰਹੀ ਹੈ ਜੇਕਰ ਅਸੀਂ ਕਿਸੇ ਵਿਅਕਤੀ ਦੇ ਘਰ ਨੂੰ ਕਿਸੇ ਦੀ ਫੈਕਟਰੀ ਨੂੰ ਕਿਸੇ ਦੇ ਸ਼ੋਪਿੰਗ ਮਾਲ ਨੂੰ ਕਿਸੇ ਦੇ ਖੇਤ ਨੂੰ ਵਰਤਦੇ ਗਾਣੇ ਜਾਂ ਫਿਲਮ ਦੇ ਵਿੱਚ ਤੇ ਉਹਦੇ ਨਾਲ ਜੇਕਰ ਫੋਟੋ ਲਵਾ ਲਈ ਹੈ ਤਾਂ ਉਹਨਾਂ ਨੇ ਕਿਹਾ ਜੀ ਕਿ ਦਾ ਮਤਲਬ ਇਹ ਨਹੀਂ ਕਿ ਨਸ਼ਾ ਤਸਕਰੀ ਦੇ ਵਿੱਚ ਸਾਡਾ ਵਿਯੋਗਦਾਨ ਉਹਨਾਂ ਨੇ ਕਿਹਾ ਜੀ ਕਿ ਅਸੀਂ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਫਿਲਮਾਂ ਦੀ ਸ਼ੂਟਿੰਗ ਕਰਦੇ ਆਂ ਅਸੀਂ ਕਿਸੇ ਦਾ ਘਰ ਵਰਤਦੇ ਆਂ ਕਿਸੇ ਦੀ ਕਾਰ ਵਰਤਦੇ ਆਂ ਕਿਸੇ ਦਾ ਮੋਟਰਸਾਈਕਲ ਵਰਤਦੇ ਆਂ ਕਿਸੇ ਦਾ ਟਰੈਕਟਰ ਵਰਤਦੇ ਆਂ ਕਿਸੇ ਹੀਰੋਇਨ ਨਾਲ ਕੰਮ ਕਰਦੇ ਆਂ ਕਿਸੇ ਵਿਲਨ ਨਾਲ ਕੰਮ ਕਰਦੇ ਆਂ ਕੀ ਪਤਾ ਹੁੰਦਾ ਇੱਕ ਵਿਅਕਤੀ ਨੂੰ ਵੀ ਦੂਜਾ ਵਿਅਕਤੀ ਕਿਹੋ ਜਿਹਾ ਉਹਦਾ ਪਿਛੋਕੜ ਕਿਹੋ ਜਿਹਾ ਅੱਜ ਕੱਲ ਉਹ ਗਲਤ ਕੰਮ ਕਰ ਰਿਹਾ ਕਿ ਸਹੀ ਕੰਮ ਕਰ ਰਿਹਾ ਤੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਰਣਜੀਤ ਬਾਵਾ ਦੀ ਪੜਤਾਲ ਈੜੀ ਜਦੋਂ ਮਰਜ਼ੀ ਕਰ ਲਵੇ ਤੇ ਅਸੀਂ ਜਾਂਚ ਦੇ ਵਿੱਚ ਮੁਕੰਮਲ ਸ ਦੇ ਬਾਅਦ ਵਿੱਚ ਕਰਾਂਗੇ ਟਿੱਪਣੀ ਪੰਜਾਬੀ ਗਾਇਕ ਰਣਜੀਤ ਬਾਵਾ ਦੀ ਨਸ਼ਾ ਤਸਕਰ ਨਾਲ ਫੋਟੋ ਵਾਇਰਲ ਹੋਣ ਤੋਂ ਬਾਅਦ ਭਾਜਪਾ ਨੇਤਾਵਾਂ ਦੇ ਵੱਲੋਂ ED ਨੂੰ ਰਣਜੀਤ ਬਾਵਾ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਉਣ ਦੇ ਮਾਮਲੇ 'ਚ ਰਣਜੀਤ ਬਾਵਾ ਦੇ ਮੈਨੇਜਰ ਡਿਪਟੀ ਵੋਰਾ ਦੇ ਵੱਲੋਂ ਹੁਣ ਸਫਾਈ ਦਿੱਤੀ ਗਈ ਹੈ ਰਣਜੀਤ ਬਾਵਾ ਦੇ ਮੈਨੇਜਰ ਉਨ੍ਹਾਂ ਦੇ ਹੱਕ ਦੇ ਵਿੱਚ ਸਾਹਮਣੇ ਆਏ ਨੇ ਬਟਾਲਾ ਦੇ ਵਿੱਚ মিডিਆ ਨੂੰ ਉਹਨਾਂ ਨੇ ਕਿਹਾ ਕਿ 바ਵਾ ਦਾ ਕਿਸੇ ਵੀ ਨਸ਼ਾ ਤਸਕਰ ਨਾਲ ਕੋਈ ਸਬੰਧ ਨਹੀਂ ਹੈ ਉਹਨਾਂ ਕਿਹਾ ਕਿ ਸਾਬਕਾ ਸਰਪੰਚ ਗੁਰਦੀਪ ਸਿੰਘ ਰਾਣੋ ਨਾਲ ਵਾਇਰਲ ਜੁੜੀ ਤਸਵੀਰ ਹੋਈ ਹੈ ਇਹ ਕੁਝ ਮਹੀਨੇ ਪਹਿਲਾਂ ਇੱਕ ਗੀਤ ਦੀ ਸ਼ੂਟਿੰਗ ਦੇ ਮੌਕੇ ਫਾਰਮ ਹਾਊਸ ਦੇ ਵਿੱਚ ਕੀਤੀ ਗਈ ਸੀ ਰਣਜੀਤ 바ਵਾ ਨਾ ਆਪ ਤੇ ਨਾ ਹੀ ਉਹਨਾਂ ਦੀ ਟੀਮ ਦਾ ਕੋਈ ਮੈਂਬਰ ਤਸਕਰਾਂ ਦੇ ਨਾਲ ਸਬੰਧ ਰੱਖਦਾ ਹੈ ਈਡੀ ਨੂੰ ਭਾਜਪਾ ਨੇਤਾ ਦੇ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਮਾਮਲੇ ਦੇ ਵਿੱਚ ਮੈਨੇਜਰ ਨੇ ਕਿਹਾ ਕਿ ਜੇਕਰ ਸਾਨੂੰ ਬੁਲਾਇਆ ਜਾਵੇਗਾ ਤਾਂ ਅਸੀਂ ਜਾਂਚ ਪੜਤਾਲ ਵਾਸਤੇ ਤਿਆਰ ਹਾਂ ਤੇ ਭਾਜਪਾ ਨੇਤਾ ਖਿਲਾਫ ਵੀ ਉਹ ਕਾਨੂੰਨੀ ਕਾਰਵਾਈ ਵਾਸਤੇ ਤਿਆਰ ਨੇ ਦੱਸਣਾ ਬਣਦਾ ਹੈ ਕਿ ਪੰਜਾਬ ਦੇ ਵਿੱਚ ਕਿਸਾਨ ਅੰਦੋਲਨ ਦੇ ਅੰਦਰ 바ਵਾ ਸਰਗਰਮੀ ਨਾਲ ਹਿੱਸਾ ਲੈ ਰਹੇ ਨੇ ਉਹ ਕਈ ਥਾਵਾਂ ਦੇ ਉੱਤੇ ਰੈਲੀਆਂ ਤੇ ਪ੍ਰਦਰਸ਼ਨਾਂ ਦੇ ਵਿੱਚ ਸ਼ਾਮਲ ਵੀ ਹੋਏ ਨੇ ਕਿਸਾਨਾਂ ਦਾ ਇਹ ਅੰਦੋਲਨ ਕੇਂਦਰ ਦੀ ਬੀਜੇਪੀ ਸਰਕਾਰ ਦੇ ਖਿਲਾਫ ਹੈ ਕਿਸਾਨ ਕੇਂਦਰ ਵੱਲੋਂ ਪਾਸ ਕੀਤੇ ਗਏ ਵਿਵਾਦਿਤ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਨੇ ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕੱਲੀ ਫੋਟੋ ਦੇ ਆਧਾਰ ਦੇ ਉੱਤੇ ਕਿਸੇ ਨੂੰ ਵੀ ਅਸੀਂ ਇਹ ਨਹੀਂ ਕਹਿ ਸਕਦੇ ਵੀ ਇਹ ਚੋਰ ਉੱਚਕਾ ਇਹ ਸਮਗਲਰ ਆ ਇਹ ਤਸਕਰ ਆ ਇਹ ਆ ਕੰਮ ਕਰਦਾ ਇਹ ਆ ਕੰਮ ਕਰਦਾ ਜੇਕਰ ਫੋਟੋਆਂ ਦੇ ਆਧਾਰ ਦੇ ਉੱਤੇ ਹੀ ਅਸੀਂ ਗੱਲ ਕਰ ਗਏ ਕਿ ਭਾਈ ਇਹ ਬੰਦੇ ਵੀ ਗਲਤ ਹੈਗੇ ਆ ਤਾਂ ਫੋਟੋਆਂ ਜਿਹੜੀਆਂ ਉਸ ਵਿਅਕਤੀ ਦੀਆਂ ਗੁਰਦੀਪ ਸਿੰਘ ਰਾਣੋ ਦੀਆਂ ਅਕਾਲੀ ਦਲ ਦੇ ਵੀ ਕਈ ਸੀਨੀਅਰ ਨੇਤਾਵਾਂ ਦੇ ਨਾਲ ਨਸ਼ਰ ਹੋਈਆਂ ਤੇ ਫੋਟੋਆਂ ਕਾਂਗਰਸ ਦੇ ਵੀ ਕਈ ਸੀਨੀਅਰ ਨੇਤਾਵਾਂ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਪਈਆਂ ਹੋਈਆਂ ਤੇ ਕਈ ਪੁਲਿਸ ਅਧਿਕਾਰੀਆਂ ਦੇ ਨਾਲ ਵੀ ਫੋਟੋਆਂ ਇਹ ਵਾਇਰਲ ਹੋਈਆਂ ਇਹਦਾ ਮਤਲਬ ਇਹ ਨਹੀਂ ਕਿ ਉਹ ਸਾਰੇ ਲੋਕ ਆ ਜਿਹੜੇ ਇਸੇ ਮਾਮਲੇ ਦੇ ਵਿੱਚ ਮਿਲੇ ਜੁੜੇ ਹੋਏ ਆ ਫੋਟੋਆਂ ਤਾਂ ਆਪਾਂ ਜਾਣਦੇ ਨਰਿੰਦਰ ਮੋਦੀ ਜਿਹੜੇ ਕਿ ਦੇਸ਼ ਦੇ ਪ੍ਰਧਾਨ ਮੰਤਰੀ ਆ ਉਹਨਾਂ ਦੇ ਨਿਰਵ ਮੋਦੀ ਦੇ ਨਾਲ ਵੀ ਵਾਇਰਲ ਹੋਈਆਂ ਫੋਟੋਆਂ ਵਿਜੇ ਮਾਲਿਆ ਜਿਹੜਾ ਕਿ ਹਜ਼ਾਰਾਂ ਕਰੋੜ ਦਾ ਰਗੜਾ ਲਾ ਕੇ ਦੇਸ਼ ਨੂੰ ਉੱਤੇ ਬਾਹਰਲੇ ਮੁਲਕ ਦੇ ਵਿੱਚ ਭੱਜ ਗਿਆ ਉਹਦੀਆਂ ਵੀ ਬਹੁਤ ਸਾਰੇ ਵੱਡੇ ਵੱਡੇ ਨਕਾਮਾਂ ਦੇ ਨਾਲ ਵਾਇਰਲ ਹੋਈਆਂ ਸੀ ਪਰ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਾਰੇ ਲੋਕ ਇਦਾਂ ਦੇ ਆ ਅਸੀਂ ਇਹ ਨਹੀਂ ਕਹਿ ਸਕਦੇ ਕਿ ਉਹਨਾਂ ਲੋਕਾਂ ਨੂੰ ਭਜਾਉਣ ਦੇ ਵਿੱਚ ਇਹਨਾਂ ਲੋਕਾਂ ਨੂੰ ਤਸਕੀ ਦੇ ਵਿੱਚ ਪਾਉਣ ਦੇ ਵਿੱਚ ਉਹਨਾਂ ਸਾਰੇ ਲੋਕਾਂ ਦਾ ਯੋਗਦਾਨ ਆ ਜਿਨ੍ਹਾਂ ਦੇ ਨਾਲ ਫੋਟੋਆਂ ਵਾਇਰਲ ਹੋ ਰਹੀਆਂ ਰਣਜੀਤ ਬਾਵਾ ਦੇ ਵੱਲੋਂ ਪਿਛਲੇ ਕੁਝ ਸਮੇਂ ਤੋਂ ਨਿਠ ਕੇ ਗਾਇਆ ਜਾ ਰਿਹਾ ਸਮਾਜਿਕ ਅਲਾਮਤਾਂ ਦੇ ਖਿਲਾਫ ਉਹਨੇ ਮੇਰਾ ਕੀ ਕਸੂਰ ਵੀ ਗਾਇਆ ਹੁਣ ਮੇਰਾ ਕੀ ਕਸੂਰ ਦੇ ਕਰਕੇ ਇਹ ਸਾਰਾ ਕੁਝ ਕੀਤਾ ਜਾ ਰਿਹਾ ਜਾਂ ਕੋਈ ਹੋਰ ਕਾਰਨ ਹੈ ਇਹ ਤਾਂ ਆਉਣ ਵਾਲਾ ਵਕਤ ਦੱਸੂਗਾ ਪਰ ਜੇਕਰ ਈਡੀ ਦੇ ਵੱਲੋਂ ਪੜਤਾਲ ਕੀਤੀ ਜਾਂਦੀ ਹੈ ਤਾਂ ਉਹਦੇ ਵੱਲੋਂ ਕੀ ਬਾਬੇ ਦੇ ਬਾਬਤ ਜਾਣਕਾਰੀ ਦਿੱਤੀ ਜਾਂਦੀ ਹੈ ਇਹਦੇ ਬਾਬਤ ਸਭ ਦੀ ਨਿਗਾਹ ਟਿਕੀ ਰਹਿਣੀ ਹੈ ਮਸਲੇ ਦੇ ਉੱਤੇ ਖਬਰਾਂ ਦੇ ਉੱਤੇ ਵਿਚਾਰ ਚਰਚਾ ਹੋਰ ਵੀ ਕੀਤੀ ਜਾ ਸਕਦੀ ਸੀ ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ ਕੱਲ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਆਗਿਆ ਦਿਓ ਬਹੁਤ ਬਹੁਤ ਮਿਹਰਬਾਨੀ